ਬੇਬੇ ਜੀ ਕਲਾਸ 9th ਦਾ ਪੰਜਾਬੀ ਦਾ ਚੈਪਟਰ ਹੈ ਜੋ ਕਿ ਡਾਕਟਰ ਹਰਪਾਲ ਸਿੰਘ ਪੰਨੂ ਨੇ ਲਿਖਿਆ ਹੈ। ਪਹਿਲੇ ਥੋੜ੍ਹਾ ਜਿਹਾ ਰਾਈਟਰ ਬਾਰੇ ਪੜ੍ਹ ਲੈਂਦੇ ਹਾਂ। ਡਾਕਟਰ ਹਰਪਾਲ ਸਿੰਘ ਪੰਨੂ ਦਾ ਜਨਮ 20 June 1953 ਨੂੰ ਪਿਤਾ ਰਣ ਸਿੰਘ ਅਤੇ ਮਾਤਾ ਰਾਏ ਕੌਰ ਦੇ ਘਰ ਪਿੰਡ ਘੁੱਗਾ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਡਾਕਟਰ ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਮੁਖੀ ਅਤੇ ਬਤੌਰੇ ਪ੍ਰੋਫੈਸਰ ਵਜੋਂ ਕਾਰਜਸ਼ੀਲ ਸਨ। ਉਹ UGC ਦੇ ਬੁੱਧਿਸਟ ਸਟੱਡੀਜ਼ ਅਤੇ ਸੈਂਟਰ ਵਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਯਾਨੀ ਕਿ ਇਹ ਹੁਣੇ ਵੀ ਪ੍ਰੈਜ਼ੈਂਟ ਨੇ ਅਤੇ ਕਾਫੀ ਜਗ੍ਹਾ 'ਤੇ ਆਪਣਾ ਰੋਲ ਜਿਹੜਾ ਨਿਭਾ ਰਹੇ ਨੇ। ਧਰਮ ਅਧਿਐਨ ਬਾਰੇ ਆਪ ਦੀਆਂ ਪ੍ਰਮੁੱਖ ਕਿਰਤਾਂ ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਦਾ ਸਿਧਾਂਤ ਅਤੇ ਭਾਰਤ ਅਤੇ ਪੁਰਾਤਨ ਧਰਮ। ਸੋ ਇਹ ਇਹਨਾਂ ਦੀਆਂ ਕੁਝ ਫੇਮਸ ਰਾਈਟਿੰਗਸ ਨੇ। ਅੱਜ ਇਹਨਾਂ ਦਾ ਹੀ ਅਸੀਂ ਇੱਕ ਚੈਪਟਰ ਪੜ੍ਹਾਂਗੇ, ਬੇਬੇ ਜੀ। 4-5 ਸਾਲ ਦੀ ਉਮਰ ਤੱਕ ਦਾ ਆਪਣਾ ਬਚਪਨ ਮੈਨੂੰ ਯਾਦ ਹੈ। ਬੇਬੇ ਸਿਰ ਉੱਪਰ ਕੜਾ ਚੁੱਕੀ ਖੂਹੀ ਉੱਪਰ ਪਾਣੀ ਭਰਨ ਜਾਂਦੀ ਤਾਂ ਹਰ ਗੇੜੇ ਮੈਂ ਉਸ ਦੀ ਕਮੀਜ਼ ਦੀ ਕੰਨੀ ਫੜ ਨਾਲ ਨਾਲ ਤੁਰੀ ਜਾਂਦਾ। ਕਈ ਵਾਰ ਲੱਤਾਂ ਵਿੱਚ ਉਲਝ ਵੀ ਕੇ ਡਿੱਗਦਾ ਅਤੇ ਬੇਬੇ ਡਿੱਗਣੋਂ ਮਸਾਂ ਬਚਾਉਂਦੀ। ਯਾਨੀ ਰਾਈਟਰ ਜਿਹੜਾ ਹੈ ਉਹ ਆਪਣੀ ਬੇਬੇ ਯਾਨੀ ਆਪਣੀ ਮਾਤਾ ਜੀ ਆਪਣੀ ਮਦਰ ਬਾਰੇ ਇਸ ਚੈਪਟਰ ਵਿੱਚ ਦੱਸ ਰਿਹਾ। ਉਹ ਕਹਿ ਰਿਹਾ ਜਦ ਮੈਂ 4-5 ਸਾਲ ਦਾ ਸੀ ਮੇਰੀ ਮੰਮੀ ਜਦ ਵੀ ਕੜਾ ਭਰਨ ਜਾਂਦੀ ਸੀ ਅਤੇ ਮੈਂ ਉਹਨਾਂ ਦੀਆਂ ਲੱਤਾਂ ਨਾਲ ਚਿਪਕ ਕੇ ਜਾਂਦਾ ਸੀ ਅਤੇ ਕਿੰਨੀ ਵਾਰ ਮੈਂ ਗਿਰ ਜਾਂਦਾ ਸੀ, ਬਟ ਮੇਰੀ ਮੰਮੀ ਮੈਨੂੰ ਹਰ ਵਾਰ ਬਚਾਉਂਦੀ ਸੀ। ਜਦੋਂ ਬੇਬੇ ਘਰ ਵਿੱਚ ਹੁੰਦੀ ਤਾਂ ਦਿਨ ਰਾਤ ਤਿਉਹਾਰ ਵਰਗੇ ਹੁੰਦੇ। ਪੜ੍ਹਦੇ, ਖੇਡਦੇ, ਡੰਗਰ ਚਾਰਦੇ, ਖੇਤੀ ਵਿੱਚ ਹੱਥ ਵਟਾਉਂਦੇ, ਦਰਖਤਾਂ 'ਤੇ ਚੜ੍ਹਦੇ ਉਤਰਦੇ, ਛਾਲਾਂ ਮਾਰਦੇ, ਨਹਿਰ ਵਿੱਚ ਛਾਲ ਮਾਰਦੇ, ਰੇਤ ਵਿੱਚ ਲੇਟਦੇ, ਫਿਰ ਨਹਿਰ ਵਿੱਚ ਛਾਲ, ਸੱਟ ਫੇਰ, ਬਿਮਾਰੀ ਨੇੜੇ ਤੇੜੇ ਨਹੀਂ ਸੀ। ਜਿਉਂਦਾ ਜਾਗਦਾ ਪੂਰਾ ਘਰ ਹੁੰਦਾ। ਜਦੋਂ ਕਦੀ ਬੇਬੇ ਰਿਸ਼ਤੇਦਾਰੀ ਵਿੱਚ ਗਈ 2-4 ਦਿਨ ਨਾ ਆਉਂਦੀ ਤਾਂ ਅਸੀਂ ਚੁੱਪ ਚਾਪ ਗੁੰਮਸੁੰਮ ਜਿਹੇ ਫਿਰਦੇ ਰਹਿੰਦੇ। ਇੱਧਰ ਉੱਧਰ ਆਪਸ ਵਿੱਚ ਗੱਲ ਕਰਨੀ ਵੀ ਚੰਗੀ ਨਹੀਂ ਲੱਗਦੀ। ਯਾਨੀ ਜਦ ਉਹਨਾਂ ਦੀ ਮਾਤਾ ਜੀ ਘਰ ਹੁੰਦੇ ਸੀ ਅਤੇ ਆਪਸ 'ਚ ਮਸਤੀ ਮਜ਼ਾਕ, ਖੇਡਾਂ, ਸ਼ਰਾਰਤਾਂ ਸਭ ਕੁਝ ਕਰਦੇ ਸੀ, ਬਟ ਜੇ ਕਿਸੇ ਕੰਮ ਪਿੱਛੋਂ ਉਹਨਾਂ ਦੀ ਮਾਤਾ ਜੀ ਨੂੰ ਕਿੱਥੇ ਰਿਸ਼ਤੇਦਾਰ ਦੇ ਘਰ 2-4 ਦਿਨ ਲਈ ਜਾਣਾ ਪੈਂਦਾ ਸੀ ਅਤੇ ਰਾਈਟਰ ਅਤੇ ਉਹਦੇ ਭਰਾ ਭੈਣ ਦਾ ਇੰਨਾ ਮੂਡ ਖਰਾਬ ਹੁੰਦਾ ਸੀ ਕਿ ਉਹ ਆਪਸ ਵਿੱਚ ਵੀ ਗੱਲ ਨਹੀਂ ਕਰਦੇ ਸੀ। ਬਾਪੂ ਦਾ ਸੁਭਾਅ ਸਖਤ ਸੀ, ਪਰ ਉਹ ਖਿਆਲ ਰੱਖਦਾ ਕਿ ਜਦੋਂ ਇਹਨਾਂ ਦੀ ਮਾਂ ਘਰ ਨਾ ਹੋਵੇ ਤਾਂ ਬੱਚੇ ਝਿੜਕਣੇ ਨਹੀਂ, ਕਿਉਂਕਿ ਫਿਰ ਰੋਣਾ ਨਹੀਂ ਹਟਣਗੇ। ਯਾਨੀ ਆਪਣੇ ਫਾਦਰ ਬਾਰੇ ਉਹ ਦੱਸਦਾ ਕਿ ਜਦ ਮੰਮੀ ਘਰ ਨਹੀਂ ਆਉਂਦੀ ਸੀ ਤਾਂ ਪਾਪਾ ਜਿਹੜੇ ਨੇ ਨਾ ਸਾਨੂੰ ਡਾਂਟਦੇ ਨਹੀਂ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵੀ ਇਹਨਾਂ ਦੀ ਮਾਂ ਘਰ ਹੈ ਨਹੀਂ ਅਤੇ ਜੇ ਬੱਚੇ ਰੋਣ ਲੱਗ ਪਏ ਤਾਂ ਇਹਨਾਂ ਨੇ ਫਿਰ ਚੁੱਪ ਨਹੀਂ ਹੋਣਾ। ਇਸ ਲਈ ਉਹ ਬੱਚਿਆਂ ਨੂੰ ਬਿਲਕੁਲ ਨਹੀਂ ਡਾਂਟਦੇ ਸਨ, ਖਾਸ ਕਰਕੇ ਤਦ ਜਦ ਉਹਨਾਂ ਦੀ ਮਾਂ ਘਰ ਨਹੀਂ ਸੀ। ਜਦੋਂ ਕਦੇ ਵੇਲੇ ਸਿਰ ਬੇਬੇ ਸਾਡੇ ਲਈ ਨਵੇਂ ਕੱਪੜੇ ਨਾ ਖਰੀਦ ਸਕਦੀ ਜਾਂ ਵੇਲੇ ਸਿਰ ਕਿਤਾਬਾਂ ਕਾਪੀਆਂ ਵਾਸਤੇ ਪੈਸੇ ਨਾ ਹੁੰਦੇ ਤਾਂ ਉਹ ਉਦੋਂ ਰੋਂਦੀ ਜੋਂਦੀ ਅਸੀਂ ਸਕੂਲ ਚਲੇ ਜਾਂਦੇ। ਇਹੋ ਜਿਹੇ ਮੌਕਿਆਂ 'ਤੇ ਉਹ ਸਾਡੇ ਨਾਨਕੇ ਜਾ ਪੁੱਜਦੀ। ਮਾਮੇ ਚੰਗੇ ਵਾਹੀਕਾਰ ਸਨ ਅਤੇ ਦੋਹਾਂ ਕੋਲ 50 ਏਕੜ ਜ਼ਮੀਨ ਸੀ। ਉੱਥੇ ਕਦੀ ਖਾਲੀ ਮੁੜਨ ਦਾ ਸਵਾਲ ਹੀ ਨਹੀਂ ਸੀ। ਧੁੱਪੇ ਹੱਟੀ ਮੱਝ ਜਾ ਕੇ ਲੈ ਜਾਂਦੇ ਅਤੇ ਤਾਜ਼ੀ ਸੂਈ ਛੱਡ ਜਾਂਦੇ। ਘਿਓ ਦਿੰਦੇ, ਖੋਆ ਦਿੰਦੇ, ਕੌੜੀ ਉੱਪਰ ਝੂਟੇ ਦਿੰਦੇ। ਹੋਰ ਸਵਰਗ ਕਿਹੋ ਜਿਹਾ ਹੋਇਆ ਕਰਦਾ ਹੈ। ਯਾਨੀ ਜਦ ਇਹ ਫਾਈਨੈਂਸ਼ਲੀ ਜਿਹੜਾ ਰਾਈਟਰ ਦੀ ਫੈਮਿਲੀ ਨਹੀਂ ਸੀ ਅਤੇ ਕਿਤਾਬਾਂ ਕਾਪੀਆਂ ਵਾਸਤੇ ਜਾਂ ਕੱਪੜਿਆਂ ਵਾਸਤੇ ਇਹਨਾਂ ਕੋਲ ਪੈਸੇ ਨਹੀਂ ਹੁੰਦੇ ਸੀ ਅਤੇ ਇਹਨਾਂ ਦੀ ਜਿਹੜੀ ਮਾਂ ਹੈ ਉਹ ਆਪਣੇ ਭਰਾਵਾਂ ਯਾਨੀ ਬੱਚਿਆਂ ਦੇ ਮਾਮੇ ਦੇ ਘਰ ਚਲੀ ਜਾਂਦੀ ਸੀ। ਅਤੇ ਕਹਿੰਦੇ ਨੇ ਜਿਹੜਾ ਨਾਨਕਾ ਹੈ ਨਾ ਉਹ ਸਵਰਗ ਵਾਂਗੂ ਹੁੰਦਾ। ਤੁਹਾਡੇ ਮਾਮੇ, ਮਾਮੀਆਂ, ਨਾਨੇ, ਨਾਨੀਆਂ ਇਹ ਸਭ ਇੰਨਾ ਪਿਆਰ ਕਰਦੇ ਨੇ, ਘਿਓ, ਖੋਆ, ਮਤਲਬ ਕਿਸੇ ਚੀਜ਼ ਦੀ ਕਮੀ ਨਹੀਂ ਮਹਿਸੂਸ ਹੋਣ ਦਿੰਦੇ ਨਾਨਕੇ। ਅਤੇ ਉਹ ਕਹਿੰਦੇ ਕਿ ਸਵਰਗ ਵੀ ਕਿਹੋ ਜਿਹਾ ਹੋਇਆ ਕਰਦਾ, ਉਹ ਨਾਨਕਿਆਂ ਵਾਂਗੂ ਹੀ ਹੁੰਦਾ ਸਵਰਗ ਜਿਹੜਾ। ਇੱਕ ਵਾਰ ਘਰ ਵਿੱਚ ਤੰਗੀ ਹੋਣ ਕਾਰਨ ਮੈਨੂੰ ਨਾਨਕੇ ਤੋੜ ਦਿੱਤਾ।
ਬੇਬੇ ਨੇ ਤਰੋਂਦਿਆ ਹੋਇਆ ਕਿਹਾ, ਅਕਲ ਨਾਲ ਹਲੀਮਾ ਨਾਲ ਗੱਲ ਕਰੀ, ਤੇਰੀ ਮਾਮੀ ਚੰਗੀ ਹੈ ਬੜੀ। ਉਹਦੇ ਨਾਲ ਐਡਾ ਗੱਲ ਕਰੀ ਕਿ ਮਾਮੇ ਨਾਲ ਅੱਡ ਜਾ, ਗੁਰੂ ਰਾਖਾ। ਬੇਬੇ ਦੀ ਸਿੱਖਿਆ ਅਨੁਸਾਰ ਮੈਂ ਸਾਰੀ ਗੱਲਬਾਤ ਆਪਣੀ ਪੜ੍ਹਾਈ ਬਾਰੇ ਸੁਣਾਈ। ਪਟਿਆਲੇ ਪੜ੍ਹਦਿਆਂ ਮੈਂ ਮਹੀਨੇ ਵਿੱਚ ਇੱਕ ਵਾਰ ਨਾਨਕੇ ਜਾਂਦਾ, ਦੂਜੀ ਵਾਰ ਦਾਦਕੇ। ਪਿੰਡੋਂ ਜਦੋਂ ਮੈਂ ਪਟਿਆਲੇ ਦੀ ਬੱਸ ਫੜਨ ਤੁਰਦਾ ਤਾਂ ਬੇਬੇ ਦੀਆਂ ਅੱਖਾਂ 'ਚ ਲੱਗਦੀਆਂ। ਮੈਂ ਖੂਬ ਹੱਸਦਾ ਅਤੇ ਪੁੱਛਦਾ, ਕੋਈ ਸਰਹੱਦ ਉੱਪਰ ਜੰਗ ਲੜਨ ਚੱਲਿਆ ਹਾਂ ਜੋ ਰੋ ਰੋ ਕੇ ਸ਼ੁਰੂ ਹੋ ਗਈ ਹੈ? ਬੇਬੇ ਅੱਖਾਂ ਪੂਛ ਕੇ ਆਖਦੀ, ਕਟੁਰ ਵਛੁਰ ਸਰਹੱਦਾਂ ਉੱਪਰ ਦੁਸ਼ਮਣ ਨਾਲ ਖੜਨ ਨਹੀਂ ਜਾਂਦੇ। ਤੂੰ ਦੇਖਿਆ ਨਹੀਂ, ਅੱਖਾਂ ਤੋਂ ਦੂਰ ਹੋਣ ਲੰਘਣ ਤੋਂ ਗਾਵਾਂ ਮੱਝਾਂ ਰੱਬਣ ਰਿੰਗਣਾਂ ਲੱਗਦੀਆਂ ਹਨ, ਰੁੱਸੇ ਉੜਾਉਂਦੀਆਂ ਹਨ। ਪਸ਼ੂ ਪੰਛੀ ਤੱਕ ਸਭ ਮਾਵਾਂ ਇਹ ਜਾਣਦੀਆਂ ਹਨ ਕਿ ਜਿੱਥੇ ਤੱਕ ਬੱਚੇ ਨਜ਼ਰ ਵਿੱਚ ਹਨ ਸਭ ਠੀਕ ਹੈ। ਅੱਖੋਂ ਪਰੋਏ ਦੁਸ਼ਮਣ ਦੀ ਸਰਹੱਦ ਹੁੰਦੀ ਹੈ, ਕੀ ਪਤਾ ਕਦ ਕੀ ਵਾਪਰ ਜਾਵੇ। ਤੈਨੂੰ ਇਹਨਾਂ ਗੱਲਾਂ ਦੀ ਅਜੇ ਸਮਝ ਨਹੀਂ, ਹੋ ਸਕਦਾ ਹੈ ਕਦੇ ਵੀ ਨਾ ਸਮਝ ਸਕੇ, ਕਿਉਂਕਿ ਤੇਰੀ ਕਿਸਮਤ ਵਿੱਚ ਮਾਂ ਹੋਣਾ ਨਹੀਂ ਲਿਖਿਆ। ਫਿਰ ਉਹ ਅਸੀਸਾ ਦੇ ਕੇ ਤੋੜਦੀ। ਯਾਨੀ ਰਾਈਟਰ ਨੂੰ ਜਦ ਵੀ ਕਿੱਥੇ ਜਾਣਾ ਹੁੰਦਾ ਅਤੇ ਉਹਦੀ ਮਾਂ ਜਿਹੜੀ ਹੈ ਨਾ ਬੜੀ ਇਮੋਸ਼ਨਲ ਹੋ ਜਾਂਦੀ, ਉਹ ਰੋਣ ਲੱਗ ਪੈਂਦੀ, ਅਤੇ ਉਹ ਰਾਈਟਰ ਅੱਗੋਂ ਤਾਂ ਕਹਿੰਦੇ, ਮੈਂ ਸਰਹੱਦ 'ਤੇ ਲੜਨ ਥੋੜ੍ਹੀ ਨਾ ਜਾ ਰਿਹਾ, ਮੈਂ ਜੰਗ 'ਤੇ ਥੋੜ੍ਹੀ ਨਾ ਜਾ ਰਿਹਾ ਜੋ ਤੁਸੀਂ ਇੰਨਾ ਰੋ ਰਹੇ ਹੋ। ਅਤੇ ਉਹ ਕਹਿੰਦਾ, ਉਹਦੀ ਮਾਂ ਕਹਿੰਦੀ ਹੈ, ਜੇ ਬੱਚੇ ਜੇ ਮਾਵਾਂ ਦੀ ਅੱਖਾਂ ਤੋਂ ਓਹਲੇ ਹੋ ਜਾਣ, ਇਸਦਾ ਮਤਲਬ ਇਹੀ ਹੈ ਕਿ ਉਹ ਸਰਹੱਦ 'ਤੇ ਜਾ ਰਹੇ ਨੇ। ਅਤੇ ਫਿਰ ਉਹ ਕਹਿੰਦੀ ਹੈ, ਜੋ ਮੈਂ ਮਹਿਸੂਸ ਕਰ ਰਹੀ ਹਾਂ ਉਹ ਸ਼ਾਇਦ ਤੂੰ ਕਦੀ ਮਹਿਸੂਸ ਹੀ ਨਾ ਕਰ ਪਾਏ, ਕਿਉਂਕਿ ਤੂੰ ਮੁੰਡਾ ਹੈ। ਮਾਂ ਹੋਣ ਦਾ ਕੀ ਅਹਿਸਾਸ ਹੈ, ਉਹ ਸਿਰਫ ਇੱਕ ਮਾਂ ਜਾਣਦੀ ਹੈ। ਅਤੇ ਇਹ ਕਹਿ ਕੇ ਉਹ ਫਿਰ ਰਾਈਟਰ ਨੂੰ ਤੋੜ ਦਿੰਦੀ ਹੈ। ਬੇਬੇ ਦੱਸਿਆ ਕਰਦੀ, ਤੇਰੀ ਛੋਟੀ ਮਾਮੀ ਗੁਰਦਿਆਲ ਕੌਰ ਦਾ ਰੰਗ ਧੁੱਪ ਵਰਗਾ ਸੀ, ਲਾਲੀਆਂ ਚੜ੍ਹਦੀਆਂ ਸਨ ਮੂੰਹ 'ਤੇ, ਹੀਰ ਸੀ ਬਸ, ਮਿਹਨਤ ਨਾਲ ਕੜੀ ਰੱਬ ਨੇ। ਕੰਧ ਤੋਂ ਉੱਤਰ ਕੇ ਜਿਵੇਂ ਕੋਈ ਤਸਵੀਰ ਤੁਰਨ ਲੱਗੇ। ਭਾਬੀ ਕਾਨੂੰ ਮੇਰੀ ਤਾਂ ਸਹੇਲੀ ਸੀ, ਮੈਂ ਇੱਕ ਦਿਨ ਕਿਹਾ, ਕੁੜੇ ਖਿਆਲ ਰੱਖੀ ਮੇਰਾ, ਤੇਰੀ ਇਹ ਨਣਦ ਗਰੀਬਣੀ ਹੈ। ਉਹ ਮੇਰੇ ਪੈਰੀ ਚੁੰਨੀ ਰੱਖ ਕੇ ਬੋਲੀ, ਮੈਂ ਕਦ ਆਂ ਇਸ ਘਰ ਦੀ ਮਾਲਕਣ, ਮੈਂ ਤਾਂ ਬਾਂਦੀ ਹਾਂ ਤੁਹਾਡੀ ਸਾਰਿਆਂ ਦੀ, ਬਾਂਦੀ ਰਹੂੰਗੀ ਉਮਰ ਭਰ। ਰਾਈਟਰ ਦੀ ਮੰਮੀ ਦੱਸਦੀ ਹੈ ਕਿ ਜਿਹੜੀ ਉਹਨਾਂ ਦੀ ਇੱਕ ਮਾਮੀ ਸੀਗੀ ਉਹ ਬਹੁਤ ਸੋਹਣੀ ਸੀ। ਇੱਥੇ ਸਿਮਿਲੀ ਯੂਸ ਕੀਤੀ ਗਈ ਹੈ ਕਿ ਉਹ ਬਿਲਕੁਲ ਹੀਰ ਵਾਕਰ ਸੀ। ਅਤੇ ਰਾਈਟਰ ਦੀ ਮੰਮੀ ਉਹਨੂੰ ਕਹਿੰਦੀ ਹੈ ਕਿ ਦੇਖ, ਅਸੀਂ ਤਾਂ ਗਰੀਬ ਹਾਂ ਅਤੇ ਤੂੰ ਸਾਨੂੰ ਭੁੱਲ ਨਾ ਜਾਈਂ, ਕਿਉਂਕਿ ਮੇਰਾ ਤਾਂ ਪੇਕਾ ਘਰ ਇਹ ਹੀ ਹੈ। ਅਤੇ ਫਿਰ ਉਹ ਆਪਣੀ ਚੁੰਨੀ ਰਾਈਟਰ ਦੇ ਮੰਮਾ ਦੇ ਪੈਰਾਂ 'ਤੇ ਰੱਖ ਕੇ ਕਹਿੰਦੀ ਹੈ ਕਿ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ, ਤੁਹਾਡਾ ਆਪਣਾ ਘਰ ਹੈ ਐਂਡ ਆਲ ਦੈਸ। ਦੁਸਹਿਰੇ ਤੋਂ ਪਹਿਲਾਂ ਸਾਡੇ ਕੱਚੇ ਘਰ ਦੀ ਲਿੱਪਾ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ। ਅਸੀਂ ਸਾਰੇ ਰਲ ਕੇ ਕੰਮ ਕਰਦੇ, ਕੰਧਾਂ ਉੱਪਰ ਪਾਂਡੂ ਦਾ ਪਰੋਲ ਫਿਰਦਾ ਅਤੇ ਫਰਸ਼ ਗਾਰੇ ਨਾਲ ਲਿਪਿਆ ਜਾਂਦਾ। ਕਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ, ਦੂਜਾ ਕਈ ਨਾਲ ਗੋਹਾ ਅਤੇ ਤੂੜੀ ਗਾਰੇ ਵਿੱਚ ਰਲਾ ਰਿਹਾ ਹੁੰਦਾ। ਕਈ ਚੀਜ਼ਾਂ ਵਾਸਤੇ ਪਰੇ ਪਰੇ ਕਰ ਰਹੀਆਂ ਹੁੰਦੀਆਂ ਹੁੰਦਾ ਅਤੇ ਕੋਈ ਲਿਪਣ ਵਿੱਚ ਮਦਦਗਾਰ ਹੁੰਦਾ। ਖੁਰਲੀਆਂ ਤੱਕ ਸਭ ਕੁਛ ਲਿਪਿਆ ਜਾਂਦਾ। ਘਰ ਦੀਆਂ ਛੱਤਾਂ ਵੀ ਪਸ਼ੂਆਂ ਦੇ ਮੀਂਗਾਂ ਨੂੰ ਤੇਲ ਲਾ ਦਿੰਦਾ। ਸਾਰੇ ਪਾਸੇ ਸੁਗੰਧੀਆਂ ਕੰਧਾਂ ਉੱਪਰ ਟੰਗਣ ਲਈ ਬਾਪੂ ਦੀ ਤਸਵੀਰਾਂ ਲਿਆਉਂਦੇ। ਉਹ ਬਚਪਨ ਨੂੰ ਯਾਦ ਕਰਦਾ ਔਰ ਕਹਿੰਦਾ, ਜਦ ਦੁਸਹਿਰਾ ਆਉਣ ਵਾਲਾ ਹੁੰਦਾ ਸੀ ਸਾਡੇ ਘਰ ਦੀ ਉਹਨਾਂ ਛੋਟੀ ਮੋਟੀ ਰੈਨੋਵੇਸ਼ਨ ਸਟਾਰਟ ਹੋ ਜਾਂਦੀ ਸੀ। ਦੈਟ ਮੀਨਸ ਇਹ ਸਾਰਾ ਟੱਬਰ ਆਪ ਮਿਲ ਕੇ ਹੀ ਉਹਨੂੰ ਜੋ ਕੁਛ ਘਰੇਲੂ ਕੰਮ ਹੁੰਦੇ ਨੇ ਜਿਵੇਂ ਫਰਸ਼ ਨੂੰ ਠੀਕ ਕਰਨਾ, ਥੋੜ੍ਹੀ ਬਹੁਤ ਵਾਈਟ ਵਾਸ਼ ਕਰਨਾ, ਇਹ ਸਾਰਾ ਟੱਬਰ ਆਪ ਮਿਲ ਕੇ ਕਰਦਾ ਸੀ। ਕਣਕਾਂ ਪੱਕਣ ਲੱਗੀਆਂ, ਬੱਦਲ ਚੜ੍ਹ ਆਉਂਦੇ, ਵਿਸਾਖ ਦੇ ਮਹੀਨਾ, ਤੇਜ਼ ਤਾਰ ਬਾਰਿਸ਼ ਹੁੰਦੀਆਂ। ਅਸੀਂ ਆਖਦੇ, ਇਹ ਕਿਹੜੇ ਮੌਸਮ ਦਾ ਮੀਂਹ ਹੋਇਆ? ਬੇਬੇ ਆਖਦੀ, ਵਿਸਾਖ ਦਾ ਮਹੀਨਾ ਦੱਸਿਆ ਕਰਦਾ ਹੈ ਕਿ ਮੇਰੇ ਵਿੱਚ ਅਤੇ ਸੌਣ ਵਿੱਚ ਕੋਈ ਫਰਕ ਨਹੀਂ। ਇੰਨਾ ਕੁ ਫਰਕ ਹੈ ਕਿ ਮੇਰੇ ਪਿੱਛੇ ਤੁਰ ਆਉਂਦੇ ਮੇਰੇ ਪਿਛਲਕ ਜੇਠ ਅਤੇ ਹਾੜ
ਖੇ ਤੁਹਾਡੇ ਹਨ। ਸੌਣ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਉਸ ਦੇ ਦੋਸਤ ਪਾਉਂਦੇ ਅਤੇ ਅੱਸੂ ਉਸ ਵਰਗੇ ਹਨ। ਖੋਰੇ ਪੋਹ ਦਾ ਸੌਣ ਦੀ ਕਦਰ ਬਣੀ। ਸੋ ਵਿਸਾਖੀ ਦਾ ਟਾਈਮ ਆਉਂਦਾ ਹੀ ਉਹਨੂੰ ਬਾਰਿਸ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਅਤੇ ਰਾਈਟਰ ਜਿਹੜਾ ਆਪਣੀ ਮੰਮੀ ਨੂੰ ਪੁੱਛਦਾ ਕਿ ਇਹ ਕਿਹੜੇ ਮੌਸਮ ਦੀਆਂ ਬਰਸਾਤਾਂ ਹੋ ਰਹੀਆਂ ਨੇ, ਅਤੇ ਉਹਦੀ ਮੰਮੀ ਬੜੀ ਦੇਸੀ ਤਰੀਕੇ ਨਾਲ ਕਹਿੰਦੀ ਕਿ ਇਹ ਸੌਣ ਦੀ ਜਿਹੜੀ ਭੈਣ ਹੈ ਇਹ ਆ ਰਹੀ ਹੈ। ਮਤਲਬ ਮੌਸਮ ਦਾ ਆਪਸ ਵਿੱਚ ਰਿਲੇਸ਼ਨਸ਼ਿਪ ਇਸਟੈਬਲਿਸ਼ ਕਰਕੇ ਛੋਟੇ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਗੱਲਾਂ ਕਰਦੀਆਂ ਸੁਣਦੀਆਂ ਉਪਮਾ ਅਲੰਕਾਰ ਬੇਬੇ ਦੇ ਮੂੰਹ ਸਹਿਜ ਸੁਭਾਅ ਉਤਰਦੇ। ਇੱਕ ਵਾਰ ਮੈਂ ਅਤੇ ਬੇਬੇ ਦੋਵੇਂ ਬੱਸ ਵਿੱਚ ਬੈਠੇ ਕਿਧਰੇ ਜਾ ਰਹੇ ਸਾਂ ਅਤੇ ਦੋਹਾਂ ਨੂੰ ਅੱਡੋ ਅੱਡ ਸੀਟ ਮਿਲੀ। ਥੋੜ੍ਹੀ ਦੇਰ ਬਾਅਦ ਬੇਬੇ ਆਪਣੀ ਸੀਟ ਤੋਂ ਉੱਨਾ ਕੇ ਮੇਰੀ ਸੀਟ ਉੱਪਰ ਨਾਲ ਹੀ ਤੰਗ ਜਿਹੀ ਹੋ ਕੇ ਬੈਠ ਗਈ। ਮੈਂ ਉੱਥੇ ਉੱਠ ਕੇ ਆਉਣ ਦਾ ਕਾਰਨ ਪੁੱਛਿਆ ਤਾਂ ਬੋਲੀ, ਆਹ ਸੀਟ 'ਤੇ ਜਿਹੜਾ ਬੰਦਾ ਮੇਰੇ ਨਾਲ ਬੈਠਾ ਸੀ ਤਾਕੀ ਵੇਲੇ ਪਾਸ, ਉਸਦਾ ਮੂੰਹ ਦੇਖ। ਭੁਜੀਆ ਖਾਣ ਵੇਲੇ ਮੂੰਹ ਖੋਲਦਾ ਹੈ ਅਤੇ ਲੱਗਦਾ ਹੈ ਜਿਵੇਂ ਟੇਚੀ ਕੇਸ ਖੁੱਲ੍ਹ ਗਿਆ ਹੋਵੇ। ਭੁਜੀਆ ਖਾਈ ਜਾਂਦਾ ਹੈ, ਨਾਲ ਵਾਲੇ ਨਾਲ ਗੱਲਾਂ ਵੀ ਕਰੀ ਜਾਂਦਾ ਹੈ, ਹੱਸੀ ਵੀ ਜਾਂਦਾ ਹੈ। ਭੁਜੀਆ ਉਸਦੇ ਮੂੰਹ ਵਿੱਚੋਂ ਇੰਨਾ ਇਉਂ ਕਿਰਦਾ ਹੈ ਜਿਵੇਂ ਚੋਲਾ ਦੇ ਸ਼ਲੈਰ ਦੀ ਪਾਈਪ ਵਿੱਚੋਂ ਫੁੱਕ ਬਾਹਰ ਡਿੱਗਦੀ ਹੈ। ਉੱਥੇ ਨਹੀਂ ਬੈਠਿਆ ਜਾਂਦਾ। ਸੋ ਇੱਕ ਵਾਰ ਰਾਈਟਰ ਅਤੇ ਉਹਦੀ ਮੰਮੀ ਜਿਹੜੀ ਹੈ ਨਾ ਬੱਸ ਤੋਂ ਕਿੱਥੇ ਜਾ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਵੱਖਰੀ ਵੱਖਰੀ ਸੀਟ ਮਿਲ ਜਾਂਦੀ ਹੈ ਅਤੇ ਥੋੜ੍ਹੀ ਦੇਰ ਬਾਅਦ ਉਹਦੀ ਮੰਮੀ ਜਿਹੜੀ ਹੈ ਨਾ ਸੀਟ ਚੇਂਜ ਕਰਕੇ ਰਾਈਟਰ ਕੋਲ ਆ ਕੇ ਬੈਠ ਜਾਂਦੀ ਹੈ ਅਤੇ ਉਹ ਪੁੱਛਦਾ ਕਿ ਬਈ ਇਹ ਸੀਟ ਕਿਉਂ ਚੇਂਜ ਕੀਤੀ, ਅਤੇ ਉਹ ਕਹਿੰਦੀ ਕਿ ਜਿਹੜਾ ਮੁੰਡਾ ਮੇਰੇ ਨਾਲ ਬੈਠਾ ਹੈ ਨਾ ਉਹ ਭੁਜੀਆਂ ਇੰਝ ਖਾ ਰਿਹਾ, ਉਹਦਾ ਮੂੰਹ ਇੰਝ ਖੁੱਲ੍ਹਦਾ ਜਿਵੇਂ ਕਿਸੇ ਨੇ ਟੈਚੀ ਖੋਲ੍ਹ ਦਿੱਤੀ ਹੋਵੇ। ਭੁਜੀਆ ਉਹਦੇ ਮੂੰਹ 'ਚੋਂ ਗਿਰ ਰਿਹਾ, ਉਹਨੂੰ ਬੋਲਣਾ ਨਹੀਂ ਆ ਰਿਹਾ, ਉਹਨੂੰ ਖਾਣਾ ਨਹੀਂ ਆ ਰਿਹਾ ਅਤੇ ਮੈਂ ਉਹਦੇ ਨਾਲ ਨਹੀਂ ਬੈਠਣਾ। ਮੇਰੇ ਤੋਂ ਇਹ ਤਾਂ ਅੰਬ ਵੀ ਬੇਰ ਵਾਂਗੂ ਮੂੰਹ ਵਿੱਚ ਪਾਉਂਦਾ ਹੋਵੇਗਾ, ਯਾਨੀ ਕਿ ਇਹਦਾ ਮੂੰਹ ਇੰਨਾ ਵੱਡਾ ਹੈ ਕਿ ਇਹ ਮੈਂਗੋਜ਼ ਨੂੰ ਵੀ ਬੇਰ ਵਾਂਗੂ ਆਪਣੇ ਮੂੰਹ 'ਚ ਪਾ ਲੈਂਦਾ ਹੋਵੇਗਾ। ਸਾਬਤ ਗੁਠਲੀ ਸਣੇ ਮੈਥੋਂ ਹਾਸਾ ਨਾ ਰੋਕਿਆ ਬੇਬੇ ਜਿਵੇਂ ਪਾਸ਼ਾ ਦੀ ਟਕਸਾਲ ਹੋਵੇ। ਯਾਨੀ ਰਾਈਟਰ ਨੂੰ ਇਸ ਗੱਲ ਦਾ ਕੋਈ ਉਹ ਨਹੀਂ ਹੋਇਆ ਕਿ ਇਹ ਕੀ ਹੈ, ਉਹਨੂੰ ਇਸ ਗੱਲ 'ਤੇ ਹੈਰਾਨੀ ਹੋਈ ਕਿ ਉਹਦੀ ਮੰਮੀ ਜਿਹੜੀ ਹੈ ਕਿਸ ਤਰੀਕੇ ਦੀ ਭਾਸ਼ਾ ਯੂਜ਼ ਕਰੀ ਹੈ, ਕਿਸ ਤਰੀਕੇ ਦੀ ਉਪਮਾ ਅਲੰਕਾਰ ਸਿਮਿਲੀ ਜਾਂ ਬੋਲਣ ਦਾ ਜਿਹੜਾ ਸਟਾਈਲ ਐਗਜ਼ਾਮਪਲਸ ਦੇ ਕੇ ਉਹ ਰਾਈਟਰ ਨੂੰ ਬੜਾ ਇੰਪ੍ਰੈਸਡ ਕਰਦਾ। ਕੋਈ ਵੱਡਾ ਜੋਖਮ ਭਰਿਆ ਕੰਮ ਛੇੜਨ ਵੇਲੇ ਜਦੋਂ ਅਸੀਂ ਬੇਬੇ ਨਾਲ ਖਤਰਿਆਂ ਬਾਰੇ ਗੱਲ ਕਰਦੇ ਤਾਂ ਆਖਦੀ, ਮੱਖੀਆਂ ਦੇ ਡੰਗ ਤੋਂ ਡਰਦੀਆਂ ਆਦਮੀ ਨੇ ਮਖਿਆਲੇ ਖਾਣੇ ਨਹੀਂ ਛੱਡਿਆ, ਦੁਖੇਤੇ ਮਾਰਦਿਆਂ ਗਾਵਾਂ ਦੇ ਦੁੱਧ ਚੋਣੇ ਕਿ ਅਸੀਂ ਹਟ ਜਾਂਦੇ ਹਾਂ। ਕਦੀ ਕਿਹਾ ਹੈ ਕਿਸੇ ਨੇ ਕਿ ਇੰਨੀ ਤੂੜੀ ਵਿੱਚ ਕੌਣ ਦਾਣੇ ਕੱਟਦਾ ਫਿਰੇ। ਫਿਰ ਇਸ ਕਰਕੇ ਕਈ ਵਾਰ ਜਾਵਾਂਗੇ ਕੀ ਕਢਿਆਈ ਬੜੀ ਹੈ, ਕਿੱਲੇ ਦੀ ਕੰਧ ਵਾਂਗ ਜੰਮਿਆ ਹੋਇਆ ਰੋਈਆ ਤੋੜ ਕੇ ਤਿਆਰ ਕੀਤੀ ਜ਼ਮੀਨ ਦੇ ਅੰਨ ਦੀ ਰੋਟੀ ਪਕਾ ਕੇ ਖਾਂਦੀ ਹੈ। ਅਸਾਂ ਤੁਸੀਂ ਮਾੜੇ ਕੋ ਖੇਤਰ ਦੋ ਘਬਰਾ ਗਏ, ਜਵਾਨੀ ਦੇ ਦਿਨਾਂ ਇੰਨੀ ਤਾਕਤ ਹੋਈ ਕਰਦੀ ਸੀ, ਇੰਨਾ ਹੌਸਲਾ ਪਿਆਸ ਲੱਗੀ ਹੈ, ਫਿਰ ਕੀ ਹੋਇਆ ਜੇ ਪਾਣੀ ਨਹੀਂ, ਖੂਹ ਪੋਟੋ ਅਤੇ ਪਾਣੀ ਪੀਓ। ਅਸੀਂ ਚੀਜ਼ ਹੈ ਕਿਹੜੀ ਜੇ ਰੱਬ ਸਾਥ ਦੇਵੇ, ਭਰੋਸਾ ਰੱਖੋ ਗੁਰੂ ਤੁਹਾਡੇ ਅੰਗ ਸੰਗ ਹੈ। ਯਾਨੀ ਰਾਈਟਰ ਜਦ ਵੀ ਕੋਈ ਚੌਕਿਮ ਬਰਾ ਕੰਮ ਸ਼ੁਰੂ ਕਰਨ ਲੱਗ ਪੈਂਦਾ ਜਾਂ ਕੁਛ ਵੀ ਪ੍ਰੋਬਲਮੈਟਿਕ ਸਿਚੁਏਸ਼ਨ ਆ ਜਾਂਦੀ ਅਤੇ ਉਹਦੀ ਮੰਮੀ ਡਰਨ ਘਬਰਾਉਣ ਦੀ ਜਗ੍ਹਾ ਉਹਨਾਂ ਨੂੰ ਸਾਰਿਆਂ ਨੂੰ ਮੋਟੀਵੇਟ ਕਰਦੀ ਕਿ ਜੀ ਬਈ ਅਸੀਂ ਮੱਖੀਆਂ ਤੋਂ ਡਰਦੇ ਹਾਂ ਅਤੇ ਅਸੀਂ ਸ਼ਹਿਦ ਖਾਣਾ ਤਾਂ ਨਹੀਂ ਛੱਡਿਆ, ਅਸੀਂ ਗਾਵਾਂ ਤੋਂ ਡਰਦੇ ਹਾਂ ਬਟ ਅਸੀਂ ਦੁੱਧ ਤਾਂ ਨਹੀਂ ਪੀਣਾ ਛੱਡਿਆ, ਅਤੇ ਜੋਖਿਮ ਭਰੇ ਕੰਮ ਨੇ ਤਾਂ ਕੀ ਹੋਇਆ, ਜਵਾਨੀ ਵੇਲੇ ਤਾਂ ਵੈਸੀ ਬੜੀ ਤਾਕਤ ਹੁੰਦੀ ਹੈ ਅਤੇ ਹਿੰਮਤ ਨਾਲ ਕੰਮ ਲਈਏ ਤਾਂ ਗੁਰੂ ਸਾਡੇ ਅੰਗ ਸੰਗ ਹੈ। ਬੇਬੇ ਨੂੰ ਜੇ ਪਤਾ ਲੱਗਦਾ ਕਿ ਕਿਸੇ ਗੁਆਂਢੀ ਨੇ ਆਪਣੀ ਜਨਾਨੀ ਉੱਪਰ ਹੱਥ ਚੁੱਕਿਆ ਹੈ ਤਾਂ ਉਲਾਂਭਾ ਦੇਣ ਉਸਦੇ ਘਰ ਜਾਂਦੀ, ਆਖਦੀ ਵੇ ਧਰਤੀ ਨੂੰ ਕੁੱਟ ਲਿਆ ਜਿਹਾ ਜਨਾਨੀ ਨੂੰ ਕੁੱਟ ਲਿਆ, ਇਸ ਵਿੱਚ ਕਾਦੀ ਸੁਰਮਗਤੀ, ਕੋਈ ਹੈ ਸ਼ਰਮ ਹਯਾ ਤੈਨੂੰ, ਡੋਬ ਦੇਗਾ ਇਸ ਗਊ ਦਾ ਹੌਕਾ,
रोटी पकदी बुरी लगी है तैनू, बेशरम। सुन के सारे सुन हो जांदे, एक बार पिंड किसे कम किसे दे कर गई। बेबे आके कहन लगी, बड़ा वड्डा टब्बर है उन्हां दा, मैं पूछया तुसी कित्थों देख लिया सारा टब्बर। बेबे ने हंस के किया, टब्बर देख के की करना सी, करतार कौर रोटियां पकौंदी देखी। वड्डी परात विच गुन्या होया आटा, यो लगदा है जिवें टेढ़ सारा की लिटाई होवे। मैनू खूब हासा आया। सो पिंड विच जे कोई मर्द जेड़ा है वो अपनी जनानी ते हाथ चुकदा ना, ते राइटर दी जेड़ी मदर है बेबे उन्हें बड़ा गुस्सा चढ़दा, ते उन्हां दे घर जाके वो लांबे देंदी कि तैनू शर्म आ गई अपनी तीवी ते हाथ चुकदा, इसका मतलब तू धरती ते हाथ चुकदा है। बहुत लांबे देंदी उन्हां दे घर जाके, ते वो लोग भी बिल्कुल चुप हो जांदे, एक तरीके दा उन्हां नूं सबक मिल जांदा। फिर एक बार उन्हां दी माता जी किसी दे घर गई, तो वापस आके कहती कि उन्हों का ना टब्बर बहुत वड्डा सी, यानी बहुत वड्डी फैमिली सी। तो राइटर पूछता तुसी कितों देख लिया उन्हों का टब्बर, तुसी तो थोड़ी देर वास्ते गए सी। तो वह कहें कि उन्हों की जिहड़ी तीवी है यानी जनानी है जिहड़ी करतार कौर, वो जो रोटियां पका रही सी, तो परात विच इन्ना सारा आटा सी, इन्नी सारी वो रोटियां पका रही सी कि मैनू इस तो ही आइडिया लग गया कि उन्हों का कितना वड्डा टब्बर है। तो जब राइटर है गल सुनता उसका हासा नहीं मुकदा कि उन्होंने जिहड़ी बेबे है वो रोटियां नू देख के ही हिसाब लगा लिया कि कितना वड्डा टब्बर है अगलिया का। सोहे मिलिया बेबे जी ने सद्या है, हुण चले जाना। मैं तुरंत किया ते हाल चाल पुछया। बेबे कहन लगी, इन्ने दिन आया क्यों नहीं? मैं दसिया कि ड्यूटी दे काम काज बहुत सन, ते तुआडे कोल रोकण दा लगी की रहिंदा है। बेबे ने कहा, ए रौनक मैं की करनिया हन, मैं ओ जिंदर हाँ जेड़ा किसे वड्डे किले नू लगा हुंदा है। मेरे बच्चे इस जिंदर दिया कुंजियां हन, तुआडे आन नाल इस जिंदर खुलदा है, रौनका नाल नहीं। मैं हुण मिट्टी दा बहुत वड्डा ते पुराना थे हाँ, इस नूं फरोलांगा ता कोई कुछ मिलेगा। निकरे निकलणगे हड्डियां मिलणगियां, वड्डा खजाना ना सही, कोई सिक्का कोई गहना लभ सकदा है। आखिर इत्थे इक देश वसदा सी कदे, जो हुण थै हो गया है, कदी कदाई आके इसनू फरोल फराल जाया करो। सो अगेन स्टोरी जेड़ी है ना, वो पास्ट प्रेजेंट इस तरीके दे टेंस नाल चल रही है। ते काफ़ी चिर हो जाता राइटर जेड़ा ना अपनी मम्मी नू मिलन जाता नहीं, ते मम्मी उन्हें लांबा देंदी है कि तू आया नहीं। ते उहदी मम्मी कहती है कि मैं एक पुराना जिंदरा हाँ, ताला हाँ, ते जे तुसी आओगे तो अनु बहुत मतलब कुछ मिलेगा, ते नहीं मतलब वो यही कहना चाह रहे ने कि मेरी आखरी समय रह गया, तो मैं चाहती हाँ कि मैं अपने बच्चों नाल टाइम बितावां, ते जे तुसी मैनू मिलन नहीं आओगे क्योंकि नौकरी करके राइटर कितने होर रह रहा है, पिंड कितने होर है, वो प्रॉब्लम्स बारे उहदी मम्मा उहदे नाल गल करदी है। बेबे एक दिन कहन लगे, किन्ने पापी हो गए ने तेरे पिंड दे लोग, मोरां नू मार के खा जांदे हन, मुर्गबियां ता की कुंजा नू भी नहीं छड़ दे, कोई उच्ची दे के मोर वांग, क्यों कई दे दा देड़े गोली मार देन ऐ, गिरजा ता रहिया नहीं हुन, ऐ हड्डा रोड़ी विच क्यों नहीं जा बैठ दे मुर्दार खान। यानी उन्हां दी मम्मी कहंदी है कि किन्ना कलयुग आ गया है, कोई भी जानवर जेड़ा है वो नहीं छड़दे, अजकल दे लोग सब कुछ खाण लग पैंदे ने, ते किन्ने सारे पशु पंछी ने जेड़े वो एंडेंजर्ड एक्सटेंट स्पीशीज दी कंडीशन ते आ गए ने, ऐ वो इस बारे गल करती है। बेबे नूं हुण कट सुणदा कट दिसदा है, सानू देख के कदी खुश हो जांदी है कदी उदास। मैं क्या असी खुशी दी गल तां दस देंदे हाँ, कई वार उदास करन वाली गल नहीं दसदे। बेबे ने कहा, मैनू पता लग जांदा है तुहाडी तौर तों,
ਗੱਲਾਂ ਕਰਦਿਆਂ ਤੇ ਤੁਹਾਡੇ ਚਿਹਰੇ ਦੇਖਦੀ ਹਾਂ, ਗੱਲ ਨਹੀਂ ਸੁਣਦੀ ਪਰ ਪਤਾ ਲੱਗ ਜਾਂਦਾ ਹੈ ਤੁਸੀਂ ਦੁੱਖ ਵਿੱਚ ਹੋ ਕੇ ਸੁੱਖ ਵਿੱਚ। ਟਾਈਮ ਹੋਰ ਅੱਗੇ ਵੱਧਦਾ ਜਾਂਦਾ ਐਂਡ ਯੂ ਨੋ ਉਹਨਾਂ ਦੀ ਮੰਮਾ ਜਿਹੜੀ ਹੈ ਥੋੜ੍ਹੀ ਓਲਡ ਹੋ ਜਾਂਦੀ ਹੈ, ਉਹਨਾਂ ਨੂੰ ਘੱਟ ਸੁਣਨ ਲੱਗ ਪੈਂਦਾ, ਘੱਟ ਦਿਸਣ ਲੱਗ ਪੈਂਦਾ ਅਤੇ ਰਾਈਟਰ ਜਿਹੜਾ ਨਾ ਉਹ ਦੁੱਖ ਦੀ ਜਿਹੜੇ ਗੱਲਾਂ ਨੇ ਉਹ ਆਪਣੀ ਮਦਰ ਨਾਲ ਜ਼ਿਆਦਾ ਸ਼ੇਅਰ ਨਹੀਂ ਕਰਦਾ। ਬੀਬੀ ਵੱਡਾ ਬੰਦਾ ਅਤੇ ਉਹ ਪੁੱਛਦਾ ਕਿ ਤੁਸੀਂ, ਮੈਂ ਤਾਂ ਤੁਹਾਨੂੰ ਖੁਸ਼ੀ ਹੋਣ ਵਾਲੀ ਸਾਰੀ ਗੱਲਾਂ ਦੱਸਦਾ, ਦੁੱਖ ਹੋਣ ਵਾਲੀ ਤਾਂ ਕੋਈ ਦੱਸਦਾ ਹੀ ਨਹੀਂ, ਤਾਂ ਵੀ ਤੁਹਾਡਾ ਮਨ ਜਿਹੜਾ ਉਹ ਮੂਡ ਜਿਹੜਾ ਖਰਾਬ ਕਿਉਂ ਰਹਿੰਦਾ? ਅਤੇ ਉਹ ਕਹਿੰਦੀ ਹੈ ਮੈਂ ਤੁਹਾਡੇ ਚਿਹਰਿਆਂ ਤੋਂ ਪੜ੍ਹ ਲੈਂਦੀ ਹਾਂ, ਬੇਸ਼ੱਕ ਮੈਨੂੰ ਜਦੋਂ ਸੁਣਾਈ ਨਹੀਂ ਦਿੰਦਾ ਲੇਕਿਨ ਹੋ ਤਾਂ ਤੁਸੀਂ ਮੇਰੇ ਹੀ ਬੱਚੇ, ਮੈਨੂੰ ਪਤਾ ਚੱਲ ਜਾਂਦਾ ਕਦ ਮੇਰੇ ਬੱਚੇ ਖੁਸ਼ ਹਨ ਕਦ ਮੇਰੇ ਬੱਚੇ ਖੁਸ਼ ਨਹੀਂ ਹਨ। ਬੇਬੀ ਦੀ ਉਮਰ 90 ਸਾਲ ਤੋਂ ਉੱਤੇ ਹੋ ਗਈ ਸੀ। 16 ਸਾਲ ਦੀ ਉਮਰ ਵਿੱਚ ਉਹ ਮੇਰੇ ਪਿੰਡ ਵਿਆਹੀ ਹੋਈ ਆਈ। ਹੁਣ ਤੱਕ ਮੇਰਾ ਪਿੰਡ ਉਸਦਾ ਪਿੰਡ ਨਹੀਂ ਬਣਿਆ, ਉਸਦਾ ਪਿੰਡ ਉਹੀ ਹੈ ਜਿੱਥੇ ਉਸਦਾ ਜਨਮ ਹੋਇਆ। ਗੱਲਾਂ ਕਰਦੀਆਂ ਹਮੇਸ਼ਾ ਇਹੀ ਆਖਦੀ ਸੀ, ਤੇਰੇ ਪਿੰਡ ਮੈਂ ਕਿਉਂ ਕੀਤਾ? ਯਾਨੀ ਉਹਨਾਂ ਦੀ ਮਦਰ ਜਿਹੜੀ ਹੈ 90 ਪਲੱਸ ਦੀ ਏਜ ਦੀ ਹੋ ਗਈ ਅਤੇ ਜਦੋਂ 16 ਸਾਲ ਦੀ ਸੀ ਤਦ ਉਹਨਾਂ ਦਾ ਵਿਆਹ ਹੋਇਆ ਸੀ, ਬਟ ਫਿਰ ਵੀ ਉਹ ਆਪਣੇ ਇਸ ਪਿੰਡ ਨੂੰ ਪਿੰਡ ਨਹੀਂ ਮੰਨਦੀ, ਉਹ ਆਪਣੇ ਬਚਪਨ ਵਾਲੇ ਪਿੰਡ ਨੂੰ ਹੀ ਆਪਣਾ ਪਿੰਡ ਮੰਨਦੀ ਸੀ, ਕਿਉਂਕਿ ਉਹਨਾਂ ਦੀ ਜਿਹੜੀ ਬਰਥ ਪਲੇਸ ਨਾਲ ਜਿਹੜੀ ਅਟੈਚਮੈਂਟ ਹੈ ਅਤੇ ਇਹ ਉਹਨਾਂ ਦਾ ਸਹੁਰਾ ਪਿੰਡ ਹੀ ਹੋਇਆ ਇੱਕ ਤਰੀਕੇ ਨਾਲ। ਇੱਕ ਦਿਨ ਬੇਬੇ ਨੇ ਮੈਨੂੰ ਬੁਲਾ ਕੇ ਕਿਹਾ, ਹੁਣ ਮੈਂ ਜਿਉਂਦੀ ਹਾਂ, ਤੁਸੀਂ ਸਾਰੇ ਭਾਈ ਭੈਣ ਰਿਸ਼ਤੇਦਾਰ ਆ ਕੇ ਮੈਨੂੰ ਮਿਲਦੇ ਹੋ ਤਾਂ ਆਪਸ ਵਿੱਚ ਵੀ ਮਿਲ ਲੈਂਦੇ ਹੋ, ਜਦੋਂ ਮੈਂ ਨਾ ਰਹੀ ਇੱਕ ਰਾਜਧਾਨੀ ਟੁੱਟ ਜਾਏਗੀ, ਤੁਸੀਂ ਬੜੀ ਤਰੱਕੀ ਕੀਤੀ ਹੋਰ ਕਰੋਗੇ, ਤੁਹਾਡੇ ਬੱਚੇ ਤੁਹਾਡੇ ਤੋਂ ਅੱਗੇ ਲੱਗਣਗੇ, ਖੁਸ਼ਹਾਲ ਹੋਣਗੇ, ਇਹੀ ਪਾਸਿਓਂ ਲੰਘਿਆ ਕਰੋਗੇ ਤਾਂ ਹੌਲੀ ਦੇ ਕੇ ਆਪਣੇ ਆਪ ਨੂੰ ਕਿਹਾ ਕਰੋਗੇ, ਇੱਥੇ ਸਾਡੀ ਮਾਂ ਰਿਹਾ ਕਰਦੀ ਸੀ, ਹੈਗੀ ਤਾਂ ਬੋਲੀ ਜਿਹੀ ਸੀ ਪਰ ਸੀ ਚੰਗੀ, ਇਸ ਘਰ ਵੱਲ ਦੇਖਦੇ ਦੇਖਦੇ ਤੁਸੀਂ ਅੱਗੇ ਲੰਘ ਜਾਇਆ ਕਰੋਗੇ, ਮੇਰੇ ਪਿੱਛੇ ਇਸ ਘਰ ਵਿੱਚ ਆਉਣ ਨੂੰ ਤੁਹਾਡਾ ਦਿਲ ਨਹੀਂ ਕਰਿਆ ਕਰੇਗਾ। ਯਾਨੀ ਇੱਕ ਦਿਨ ਉਹ ਕਹਿੰਦੀ ਹੈ ਕਿ ਮੈਂ ਜਿਉਂਦੀ ਹਾਂ, ਇਹ ਘਰ ਹੈਗਾ ਅਤੇ ਤੁਸੀਂ ਸਾਰੇ ਜਿਹੜੇ ਭੈਣ ਭਰਾ ਉਹ ਇੱਥੇ ਆ ਕੇ ਯੂਨੋ ਮਿਲ ਲੈਂਦੇ ਹੋ, ਟਾਈਮ ਸਪੈਂਡ ਕਰ ਲੈਂਦੇ ਹੋ, ਪਰ ਜੇ ਮੈਂ ਮਰ ਜਾਵਾਂਗੀ ਤਾਂ ਫਿਰ ਤੁਸੀਂ ਕੀ ਕਹੋਗੇ? ਇੱਥੇ ਸਾਡੀ ਮਾਂ ਰਹਿੰਦੀ ਸੀ, ਤੁਸੀਂ ਮੁੜ ਕੇ ਇਸ ਘਰ 'ਚ ਨਹੀਂ ਆਉਣਾ, ਠੀਕ ਹੈ ਨਾ? ਮੇਰੇ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ ਬਿਰਧ ਮਾਪਿਆਂ ਦੀ ਸੇਵਾ ਕਰਦਾ ਹੈ, ਹੋਰ ਖੁਸ਼ੀ ਕਮੀ ਅਤੇ ਤਿੱਖਾ ਤਿਉਹਾਰ ਵਕਤ ਅਸੀਂ ਸਾਰੇ ਜਣੇ ਉਸਦੀ ਕੋਠੀ ਜਾ ਪੁੱਜਦੇ ਹਾਂ ਅਤੇ ਰੌਣਕਾਂ ਖੁਸ਼ੀਆਂ ਅਤੇ ਮਿਲਾਪਾਂ ਦਾ ਮੇਲ ਲੱਗ ਜਾਂਦਾ ਹੈ। ਇਸ ਮੇਲੇ ਵਿੱਚ ਜਦੋਂ ਅਸੀਂ ਵਿਦਾ ਹੋ ਘਰੋਂ ਘਰੀ ਜਾਣ ਲੱਗਦੇ ਹਾਂ ਤਾਂ ਛੋਟਾ ਭਰਾ ਹੌਲੀ ਦੇ ਕੇ ਪੁੱਛਿਆ ਕਰਦਾ ਹੈ, ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾਂਗ? ਯਾਨੀ ਕਿ ਜਦ ਉਹਨਾਂ ਦੇ ਪੇਰੈਂਟਸ ਨਹੀਂ ਰਹਿਣਗੇ ਤਾਂ ਵੀ ਇਹ ਜਿਹੜਾ ਭੈਣ ਭਰਾਵਾਂ ਵਿੱਚ ਰਿਸ਼ਤਾ ਹੈ ਕਿ ਉਹ ਵਜ੍ਹਾ ਰਹੇਗਾ ਜਾਂ ਨਹੀਂ ਰਹੇਗਾ, ਇਹ ਸਵਾਲ ਸਾਰਿਆਂ ਦੇ ਜਿਹੜੇ ਮਨਾਂ ਵਿੱਚ ਰਹਿੰਦਾ ਹੈ। ਮੇਰੇ ਮਾਪਿਆਂ 'ਚ ਬੇਬੇ ਕਦੀ ਮਿਰਚਾਂ ਤੋੜਦੀ ਫਿਰਦੀ ਖੇਤਾਂ ਵਿੱਚ, ਕਦੀ ਕਪਾਹ ਚੁਗਦੀ, ਕਿਤੇ ਵਿਛੂਰਾ ਦੀਆਂ ਬੁੱਛੀਆਂ ਪਲੋਸ ਰਹੀ ਹੁੰਦੀ, ਕਿਤੇ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ, ਫੁੱਟੇ ਪੁਰਾਣੇ ਟਾਕਿਆਂ ਵਾਲੇ ਖੱਦਰ ਦੇ ਕੱਪੜੇ ਪਾਈ ਮਿੱਟੀ ਕੱਟੇ ਵਿੱਚ ਲਥਪਥ ਉਹ ਕਦੀ ਝਾੜੂ ਦਿੰਦੀ ਦਿਸਦੀ, ਕਦੀ ਪਾਥੀਆਂ ਪੱਕਦੀ। ਯਾਨੀ ਚੈਪਟਰ ਦਾ ਐਂਡ ਹੋ ਜਾਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਮੈਨੂੰ ਹਮੇਸ਼ਾ ਆਪਣੀ ਮਾਂ ਜਿਹੜੀ ਹੈ ਸੁਪਨਿਆਂ ਵਿੱਚ ਆਉਂਦੀ ਅਤੇ ਯੂਨੋ ਕਦੀ ਉਹ ਕੁਛ ਕਰ ਰਹੀ ਹੁੰਦੀ, ਕਦੀ ਕੁਛ ਕਰ ਰਹੀ ਹੁੰਦੀ, ਪਿੰਡ ਦਾ ਸਾਰਾ ਕੰਮ ਕਰ ਰਹੀ ਹੁੰਦੀ। ਸੋ ਇਹ ਸੀਗਾ ਚੈਪਟਰ ਡਾਕਟਰ ਹਰਪਾਲ ਸਿੰਘ ਪੰਨੂ ਦਾ ਬੇਬੇ ਜੀ।